ਓ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ ਆ ਮੇਰੇ ਸਾਰੇ ਭਰਾਵਾਂ ਦਾ? ਸਭ ਠੀਕ ਠਾਕ ਵਧੀਆ ਜੀ। ਲਓ ਜੀ ਮਿੱਤਰੋ, ਆ ਰਹੇ ਬੱਚੇ ਜਿਹੜੇ ਉੱਧਰੋਂ ਲਿਆਉਂਦੇ ਨੇ ਇੱਧਰਲੇ ਖੁੱਡੇ 'ਚ ਗਿਜਾਉਣ ਤੋਂ, ਅਤੇ ਬਾਕੀ ਗਿੱਜ ਗਿਆ ਸਾਰੇ ਪੂਰੇ। ਆਹ ਬੱਚੇ ਰਹਿ ਗਏ ਨੇ ਸੱਤ ਕੁ ਗਿਜਾਉਣ ਤੋਂ, ਠੀਕ ਹੈ ਜੀ। ਬਾਕੀ ਆਪਣੇ ਸਾਰੇ ਗਿੱਜ ਚੁੱਕੇ ਨੇ, ਅਤੇ ਇਹਨਾਂ ਨੂੰ ਛੱਡਿਆ ਜਾਲ 'ਚ ਤਾਂ ਜੋ ਛਤਰੀ ਫੜਨੀ ਸਿੱਖਣ ਇੱਥੇ, ਅਤੇ ਟੰਗਣ ਵਾਲੇ ਜਾਲਾਂ 'ਚ ਟੰਗਿਆ ਕਰਾਂਗੇ, ਹਫ਼ਤੇ ਤੱਕ ਭਜਾਉਣੀ ਸ਼ੁਰੂ ਕਰਾਂਗੇ। ਅਤੇ ਇੱਕਾ ਬੱਚੇ ਦੀਆਂ ਅੱਖਾਂ ਵਾਲੀਆਂ ਸੀ ਜ਼ਿਆਦਾ, ਇਹਨੂੰ ਬਾਈ ਦਿੱਤੇ ਹਾਂ ਦਵਾਈ, ਕੱਲ੍ਹ ਦਿੱਤੀ ਆ ਅਤੇ ਅੱਜ ਦਿੰਦੇ ਹਾਂ। ਕਾਫ਼ੀ ਫਰਕ ਆ, ਨਹੀਂ ਚੋਣੋਂ ਤਾਂ ਹੜ ਗਈ, ਅੱਖ 'ਚ ਪਾਣੀ ਜਾਂਦਾ, ਇੱਕ ਤਾਂ ਬਿਲਕੁਲ ਸਹੀ ਹੋਈ, ਇੱਕ ਥੋੜ੍ਹੀ ਜਿਹੀ ਬੰਦ ਕਰਦਾ ਹਲੇ। ਅਤੇ ਇਹਨੂੰ ਬਾਈ ਜਿਹੜੀ ਆਪਾਂ ਕੱਲ੍ਹ ਪਾਈ ਹੈ ਵੀਡੀਓ 'ਚ ਸਿਪਲੋਕਸ ਡੀ, ਉਹਦੀ ਇੱਕ ਇੱਕ ਬੂੰਦ, ਠੀਕ ਆ ਜੀ। ਅਤੇ ਜਿਹੜੀ ਨਾਲ ਐਲਥਰਾਮਾਈਸਿਨ ਦੀ ਗੋਲੀ ਸੀਗੀ ਜੀ, ਉਹਦਾ ਚੌਥਾ ਹਿੱਸਾ, ਠੀਕ ਆ ਜੀ। ਦੂਏ ਦਿਨ ਬਿਲਕੁਲ ਸਹੀ ਹੋ ਜਾਂਦੀ ਯਾਰ। ਅਤੇ ਇਹ ਸਾਰੇ ਬੱਚਿਆਂ ਦੀਆਂ ਹਲਕੀਆਂ ਹਲਕੀਆਂ ਆ ਗਈਆਂ ਸੀ, ਇੱਕ ਇੱਕ ਵਾਰ ਪਾਈਏ, ਬਾਕੀ ਸਾਰੇ ਸੈੱਟ ਆ। ਅਤੇ ਆਹ ਬੱਚੇ ਦੀ ਰਹਿੰਦੀ ਹੈ ਛੋਟੇ ਦੀ, ਇਹਦੇ ਵੀ ਪਾਵਾਂਗੇ। ਇੱਕ ਤਾਂ ਖੁੱਡੇ ਜਦੋਂ ਚੇਂਜ ਕਰਦੇ ਆਪਾਂ, ਉਹਦੇ ਕਰਕੇ ਥੋੜ੍ਹਾ ਜਿਹਾ ਪਾਉਂਦਾ, ਧੂੜ ਧਾੜ ਉੜਦੀ ਆ। ਅਤੇ ਬਾਕੀ ਚਲੋ ਬਣਾਉਂਦੇ ਹਾਂ ਵੀਡੀਓ। ਜਿਹੜੀ ਕੱਲ੍ਹ ਆਪਾਂ ਨੇ ਇੱਕ ਤੁਹਾਨੂੰ ਹੈਣਸੀਆਂ ਤੋਂ ਦਿਖਾਈ ਸੀ ਗੋਲੀ, ਬਈ ਕੱਲ੍ਹ ਦਿੱਤੀ ਆ, ਅਤੇ ਅੱਜ ਲੱਗਦਾ ਥੋੜ੍ਹਾ ਜਿਹਾ ਜਿਵੇਂ ਸੁੱਕਣ ਜਿਹੇ ਲੱਗ ਗਈਆਂ ਹੁੰਦੀਆਂ ਨੇ, ਨਾ ਮਾਤਰ ਜਿਹਾ ਫਰਕ। ਅਤੇ ਉਹ ਦਿੰਦੇ ਹਾਂ ਦੋ ਤਿੰਨ ਕੁ ਦਿਨ, ਉਹਦਾ ਵੀ ਰਿਜ਼ਲਟ ਫਿਰ ਤੁਹਾਨੂੰ ਦੱਸਾਂਗੇ ਕਿਵੇਂ ਆਇਆ ਕਿਵੇਂ ਨਹੀਂ, ਠੀਕ ਹੈ ਜੀ। ਅਤੇ ਆ ਬੈਠੇ ਨੇ ਆਪਣੇ ਬਾਕੀ ਬੱਚੇ, ਇਹ ਸਾਰੇ ਗਿੱਜ ਚੁੱਕੇ ਨੇ ਵੀ, ਠੀਕ ਹੈ ਜੀ। ਬੈਠੇ ਨੇ ਦਸ ਪੰਦਰਾਂ ਅਠਾਰਾਂ ਉੱਨੀ ਵੀਹ ਇੱਕੀ ਬਾਈ ਤੇਈ ਚੌਵੀ ਪੱਚੀ ਛੱਬੀ ਸਤਾਈ ਅਠਾਈ ਉਨੱਤੀ ਤੀਹ ਇਕੱਤੀ ਬੱਤੀ ਤੇਤੀ ਚੌਂਤੀ ਪੈਂਤੀ ਪੈਂਤੀ ਛੱਤੀ ਬੱਚੇ ਨੇ ਜੀ ਜਿਹੜੇ ਆ ਗਿੱਜ ਗਏ ਇੱਧਰ। ਬਾਕੀ ਦਸ ਬਾਰਾਂ ਉੱਧਰ ਆਪਾਂ ਕਰਤਾ ਹੀ ਪਿਆ, ਅੱਠ ਬੱਚੇ ਗਿੱਜ ਚੁੱਕੇ ਨੇ ਜੀ, ਅਤੇ ਨੌ ਸੱਤ ਬੱਚੇ ਆ ਰਹੇ ਨੇ, ਇਹ ਗਿਜਾ ਲਾਂਗੇ। ਅਤੇ ਬਾਕੀ ਉੱਧਰ ਕੱਢੇ ਹੋਏ ਨੇ, ਉਹ ਵੀ ਦਿਖਾਉਂਦੇ ਹਾਂ ਤੁਹਾਨੂੰ, ਠੀਕ ਹੈ ਜੀ। ਮੌਸਮ ਦਾ ਅੱਜ ਫਿਰ ਨਹੀਂ ਕੋਈ ਹਿਸਾਬ ਕਿਤਾਬ ਜਿਹਾ, ਬੱਦਲ ਦੀਆਂ ਟੁਕੜੀਆਂ ਵੀ ਹੈਗੀਆਂ ਨੇ ਅਤੇ ਧੁੱਪ ਜੀ ਵੀ ਹੈਗੀ ਆ, ਦੇਖਦੇ ਬਾਕੀ ਥੋੜ੍ਹੀ ਦੇਰ ਤੱਕ ਜੇ ਸਾਫ਼ ਹੋ ਗਿਆ ਫਿਰ ਆਪਾਂ ਹੋਰ ਹਿਸਾਬ ਨਾਲ ਇਹਨਾਂ ਨੂੰ ਖੁੱਲ੍ਹੇ ਛੱਡਾਂਗੇ। ਅਤੇ ਲਓ ਜੀ ਇੱਧਰੋਂ ਆਪਾਂ ਨੇ ਜੋੜੇ ਵਿੱਚੋਂ ਇਹਨਾਂ ਨੇ ਇੱਕ ਇੱਕ ਬੱਚਾ ਜਾਂ ਬੱਚਿਆਂ ਪਾ ਰਹੇ ਨੇ, ਜਿਹੜੇ ਜੋੜੇ ਤੋੜਨੇ ਤੋੜਤੇ ਬਈ, ਕਬੂਤਰੀਆਂ ਰਹਿਣਤੀਆਂ ਅੰਡੇ, ਆਂਡਿਆਂ ਕੋਲ ਬੱਚੇ ਚੋਗਾ ਦੇਣ ਨੂੰ, ਉੱਧਰ ਆਪਾਂ ਚੱਕੀ ਜਾਂਦੇ ਨਾਲ ਦੀ ਨਾਲ, ਠੀਕ ਹੈ ਜੀ। ਆ ਬੈਠੇ ਨੇ ਆਪਣੇ ਬੱਚੇ, ਦਾਦਰ ਵਾਲਾ ਛੋਟਾ ਰੱਖੂ ਲੱਗਦਾ, ਕੱਦ ਬੜਾ ਕਰ ਗਿਆ, ਠੀਕ ਹੈ। ਕੱਢੇ ਹੋਏ ਨੇ ਬੱਚੇ, ਪੂਰਾ ਡੱਬਿਆ ਜਾਵਾਂ ਯੋਗ ਤੋਂ ਲੇਟੀ ਜਾ, ਹੈਗਾ ਪੂਰੀਆਂ ਕੰਨੀਆਂ ਦਾ, ਪੂਰੀਆਂ ਦਾ ਠੀਕ
ਠੀਕ ਹੈ ਜੀ। ਅਤੇ ਆਹ ਵੀ ਸਿੰਗਲ ਆ, ਇੱਧਰ ਜੋੜੀ ਨੇ ਅੰਡੇ ਲਾ ਲਏ ਇਹਦਾ ਬੱਚੇ, ਇੱਕ ਪਹਿਲਾਂ ਵਾਲਾ ਇੱਕ ਆਹ ਪਲਦਾ, ਤਾਂ ਕਰਕੇ ਮੈਂ ਚੱਲ ਇੱਕ ਜੋੜੀ ਹੋਰ ਲੈ ਲਈਏ। ਬਾਹਲੇ ਚੰਗੇ ਡਾਉਂਦੇ ਨੇ ਜੋੜੇ ਬੱਚੇ। ਆਹ ਵੀ ਇੱਧਰ ਬੈਠੇ ਆ ਜੀ ਬੱਚੇ, ਇਹਨਾਂ ਨੂੰ ਵੀ ਗੱਲ ਦਿੱਤੀ ਸੀ ਆਪਾਂ ਨੂੰ ਦਵਾਈ ਫੈਂਸੀਆਂ ਤੋਂ, ਦੇਖਦੇ ਹਾਂ ਕੀ ਫਰਕ ਪਿਆ। ਉੱਧਰ ਤਾਂ ਵੱਡਿਆਂ ਦੇ ਤਾਂ ਲੱਗਦਾ ਫਰਕ ਲੱਗਦਾ ਬਈ, ਇਹਦੇ ਵਾਲੀ ਵੀ ਇਹਦੇ ਉੱਤੋਂ ਕਾਲਸੀ ਫੜਨ ਲੱਗ ਗਈ। ਜਦੋਂ ਵੀ ਫੈਂਸੀਆਂ ਕਾਲਸ ਫੜਨ ਲੱਗ ਜਾਣ ਤਾਂ ਇਹ ਸਹੀ ਹੋ ਜਾਂਦੀਆਂ ਨੇ ਜੀ, ਕਾਲਸ ਜੀ ਫੜਨ ਲੱਗ ਗਈ ਤਾਂ ਫਰਕ ਪਊਗਾ। ਅੱਜ ਫੇਰ ਦਿੰਦੇ ਹਾਂ ਦਵਾਈ ਇਹਨਾਂ ਨੂੰ, ਠੀਕ ਹੈ ਜੀ। ਆਹ ਵੀ ਬੱਚੇ ਆਪਣੇ ਪੂਰੇ ਜੀਨੇ, ਇਹ ਆਪਣੇ ਪੂਰੇ ਕਬੂਤਰ ਨੇ ਕੱਢੇ ਨੇ ਜੀ, ਇਹ ਆਹ ਪੂਰੇ ਕਬੂਤਰ ਦੇ ਨੇ ਬੱਚੇ, ਅਤੇ ਚਿੱਟੀ ਸਾਫ ਕਬੂਤਰੀ ਇਹਦੇ ਨਾਲ ਡਰਕੇ ਆਉਣੀ। ਅਤੇ ਆਹ ਡੱਬੇ ਦੇ ਹੈਗੇ ਨੇ, ਆਹ ਵਾਲੇ ਬੱਚੇ ਕੱਢੇ ਨੇ ਜੀ, ਇਹਦੇ ਕੱਢੇ ਨੇ ਬੱਚੇ ਦੋਏ। ਇੱਧਰ ਅੰਡਿਆਂ ਦੇ ਆ ਬੈਠੇ ਨੇ ਸਾਹਮਣੇ, ਉੱਧਰ ਵੀ ਉਹ ਅੰਡਿਆਂ ਦੇ ਬੈਠੀ ਆ ਗੁੰਜੇ ਚ। ਆਹ ਬੱਚਾ ਕਬੂਤਰੀ ਦਾ, ਆਹ ਬੱਚਾ ਹੀ ਕਬੂਤਰੀ ਦਾ, ਠੀਕ ਹੈ ਜੀ। ਇਹਨੂੰ ਵੀ ਕਰਾਂਗੇ ਇੱਕ ਦੋ ਦਿਨਾਂ ਤੱਕ ਉੱਧਰ ਚੁਗਣ ਲੱਗ ਜੀ। ਅੱਜ ਦਾ ਕਬੂਤਰ ਤੋੜਤਾ ਜੀ ਆਪਾਂ ਨੇ ਜੋੜਾ, ਬੱਚਾ ਕੱਢਿਆ ਨੇ ਚੀਨਾ ਜਿਹਾ, ਚੀਨਾ ਜਿਹਾ ਬੱਚਾ ਕੱਢਿਆ ਕਬੂਤਰੀ ਨੇ, ਠੀਕ ਹੈ ਜੀ। ਆਹ ਡੱਬੇ ਦੇ ਨੇ ਦੋਏ, ਅਤੇ ਆਹ ਵੀ ਇਕੱਲੀ ਕਬੂਤਰੀ ਪਾ ਰਹੀ ਹੈ ਜੀ ਬੱਚਿਆਂ ਨੂੰ। ਦਾਣਾ ਪਾਣੀ ਪਾਵਾਂਗੇ ਇਹਨਾਂ ਨੂੰ, ਜੋੜੇ ਚੱਕਣ ਕਰਕੇ ਦਾਣਾ ਬਚਣ ਲੱਗ ਗਏ ਜੀ। ਵਿੱਚ ਕਬੂਤਰ ਜਿਵੇਂ ਆਪਾਂ ਚੱਕ ਅਤੇ ਦਾਣਾ ਛੱਡਣ ਲੱਗ ਗਏ, ਦਾਣਾ ਆਪਾਂ ਉਹ ਹਿਸਾਬ ਨਾਲੇ ਪਾ ਦਿੰਦੇ ਇਹਨਾਂ ਨੂੰ, ਅਤੇ ਛੱਡ ਰਹੇ ਨੇ ਦਾਣਾ। ਦਾਣੇ ਗਲੱਛੇ ਹੋਏ ਨੇ ਇਹਨਾਂ ਨੇ ਬੱਚਿਆਂ ਨੇ, ਚੋਗਾ ਦਾਣਿਆਂ ਦਾ ਨਿਕਲੇ ਹੋਏ ਨੇ, ਗਲੱਛੇ ਲਾ ਦਿੰਦੇ ਦਾਣੇ। ਚਲੋ ਇਹਨਾਂ ਨੂੰ ਬਦਲਦੇ ਆਪਾਂ, ਇਹ ਨਿੱਕੇ ਕੱਢਿਆ ਕਬੂਤਰੀ ਨੇ ਕੁੜੀ ਨੇ ਜੀ ਬੱਚਾ। ਇੱਧਰ ਥੱਲੇ ਅੰਡੇ ਲਾ ਲਏ, ਆਹ ਜੋੜੀ ਆਪਾਂ ਬਦਲਦੀ ਕਬੂਤਰ ਕਬੂਤਰੀ, ਭੂਰੀ ਛੱਡਤੀ, ਭੂਰੀ ਨਾਲੇ ਡੱਬੇ ਬੱਚੇ ਕੱਢੂਗਾ ਕਬੂਤਰ, ਦੇਖਦੇ ਹਾਂ ਬਾਕੀ। ਮਦੀਨਾ ਆਪਣੀਆਂ ਪੱਠੀਆਂ ਬੱਚੇ ਛੱਡੇ ਜਿਹੜੇ ਉਹ, ਅਤੇ ਵੱਡੀਆਂ ਮਦੀਨਾ ਜੋੜੇ ਤੋੜ ਤੋੜ ਜਿਹੜੇ ਛੱਡਦੇ ਆ ਉਹ, ਇਹਨਾਂ ਦੇ ਵਿੱਚ 10-15 ਕੁ ਬੱਚੇ ਨੇ ਇਹਨਾਂ ਦੇ ਵਿੱਚ। ਜਿਹੜਾ ਗਜਾ ਕੇ ਆਪਾਂ ਚੰਗੀ ਤਰ੍ਹਾਂ ਬੰਦ ਕਰਤੇ ਨੇ ਡਾ ਕੇ, ਅਤੇ ਖੁੱਡੇ ਹੌਲੀ ਹੌਲੀ ਜੋੜੇ ਤੋੜ ਕੇ ਆਪਾਂ ਫਰੀ ਕਰਾਂਗੇ, ਫਿਰ ਉਹਨਾਂ ਦੇ ਵਿੱਚ ਛੱਡਾਂਗੇ ਪੱਠੇ ਅੱਡ ਕੱਢਾਂਗੇ ਪੱਠੀਆਂ ਅੱਡ। ਹਲੇ ਫਿਲਹਾਲ ਜਿਹੜੇ ਬੱਚੇ ਸੀ ਉਹ ਇੱਕ ਨੇ ਛੱਡਤੇ ਆਪਾਂ ਇਹਨਾਂ 'ਚ, ਤੁਹਾਨੂੰ ਲੱਗ ਹੀ ਜਾਊਗਾ ਪਤਾ ਕਿਹੜਾ ਪੱਠਾ ਕਿਹੜੀ ਪੱਠੀ ਆ, ਠੀਕ ਹੈ ਜੀ।
ਖੋਲਦੇ ਹਾਂ ਇਹਨਾਂ ਨੂੰ ਵੀ ਅੱਜ ਥੋੜ੍ਹੀ ਦੇਰ ਤੱਕ ਕੱਢਾਂਗੇ ਜਾਲਾਂ 'ਚ। ਹਾਲੇ ਪਹਿਲਾਂ ਜੋੜੇ ਖੋਲ੍ਹਤੇ, ਜੋੜਿਆਂ ਨੂੰ ਪਾਣੀ ਪੂਣੀ ਪਾ ਦਿਆ ਜੀ, ਅਤੇ ਖੁਰਾਕ ਰੈਗੂਲਰ ਤੁਹਾਨੂੰ ਦੱਸੀ ਹੋਈ ਆ ਜੀ, ਫੀਡ ਸਰੋਂ ਅਤੇ ਕਣਕ, ਠੀਕ ਹੈ ਜੀ। ਇਹੀ ਤਿੰਨੇ ਚੀਜ਼ਾਂ ਪਾਉਂਦੇ ਹਾਂ ਅਤੇ ਪਾਣੀ ਹੁਣ ਇਹਨਾਂ ਦਾ ਚੇਂਜ ਕਰਾਂਗੇ ਆਪਾਂ, ਨਾਲੇ ਮੌਸਮ ਲੱਗ ਰਿਹਾ ਵੀ ਹੋ ਜੂਗਾ ਸਾਫ਼। ਬੱਚੇ ਬੱਚੇ ਕੱਢਦੇ ਨੇ ਆਪਾਂ ਛਤਰੀਆਂ 'ਤੇ, ਬੱਚੇ ਕੱਢਾਂਗੇ ਛਤਰੀਆਂ 'ਤੇ ਅਤੇ ਟਾਈਮ ਨਾ ਖਰਾਬ ਕਰਦੇ ਹੋਏ ਆਪਾਂ ਬਣਾ ਦਈਏ ਵੀਡੀਓ ਅਤੇ ਇੱਕ ਉਹ ਦੁਬਾਰਾ ਦਿਖਾ ਦਈਏ ਜੀ ਆਪਾਂ ਸੱਚ ਗੋਲੀ। ਕੱਲ੍ਹ ਭਰਾ ਇੱਕ ਪੁੱਛ ਰਹੇ ਸੀਗੇ ਵੀ ਜ਼ੁਕਾਮ ਜਿਹਾ ਹੋ ਗਿਆ ਬਾਈ, ਜ਼ੁਕਾਮ ਨੂੰ ਵੀ ਪਾਣੀ ਜਿਹਾ ਆਉਂਦਾ ਜੇ ਐਲਥਰੋਸਨ ਦੀ ਗੋਲੀ ਬਹੁਤ ਵਧੀਆ, ਇਹ ਐਲਥਰੋਮਾਈਸਿਨ ਲਿਖਿਆ ਹੁੰਦਾ ਇਹਦੇ 'ਤੇ ਪੱਤੇ 'ਤੇ, ਅਤੇ ਆਹ ਦੇਖ ਸਕਦੇ ਹੋ ਤੁਸੀਂ ਜੋ ਗੋਲੀ ਦੇ ਸਕਦੇ ਜੀ ਐਲਥਰਾਮਾਈਸਿਨ, ਠੀਕ ਹੈ ਜੀ। ਐਲਥਰਾਮਾਈਸਿਨ 250 mg ਹੈ ਜੀ, ਇਹ ਦੇ ਦਿਉ ਅੱਧੀ ਗੋਲੀ 3 ਕੁ ਦਿਨ, ਅਤੇ ਇਹਦੇ ਨਾਲ ਪਾਣੀ ਵੀ ਨੱਕ ਦੇ ਵਿੱਚੋਂ ਚੋਣੋਂ ਬੰਦ ਹੋ ਜਾਂਦਾ ਜੀ, ਬਹੁਤ ਵਧੀਆ ਰਿਜ਼ਲਟ ਹੈਗਾ। ਆਹ ਗੱਲ ਆਪਾਂ ਦਿਖਾਈ ਸੀ ਤੁਹਾਨੂੰ ਸਿਪਲੋਕਸ ਡੀ ਵੀ, ਸਿਪਲੋਕਸ ਡੀ ਆ, ਠੀਕ ਹੈ ਜੀ, ਸਿਪਲਾ ਕੰਪਨੀ ਦੀ ਆ ਸਿਪਲੋਕਸ ਡੀ, ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਜੀ। ਇੱਕ ਇੱਕ ਬੂੰਦ ਅੱਖਾਂ 'ਚ ਪਾਓ ਅਤੇ ਉਹਨੂੰ ਬੱਚੇ ਦੀ ਜਿਹੜੀਆਂ ਆਪਣੀਆਂ ਦੁਖਦੀਆਂ ਉਹਨੂੰ ਦਵਾਂਗੇ ਹੁਣ ਆਪਾਂ, ਬਾਕੀ ਠੀਕ ਆ। ਪਹਿਲਾਂ ਉਹਦੀਆਂ ਚੰਗੀ ਤਰ੍ਹਾਂ ਵਾਸ਼ ਕਰਾਂਗੇ ਅੱਖਾਂ, ਅਤੇ ਆਹ ਮੇਰੇ ਭਰਾ ਉਹ ਆ ਆਪਣੇ ਫੈਂਸੀਆਂ ਤੋਂ, ਜਿਹੜੀ ਆ ਜੀ ਫੈਂਸੀਆਂ ਤੋਂ, ਇਹਦਾ 4/5 ਹਿੱਸਾ ਦੇਣਾ ਬੱਚੇ ਨੂੰ ਜੀ, ਜੇ ਥੋੜ੍ਹਾ ਜਿਹਾ ਹੋ ਗਿਆ ਦਾਣੇ ਚੁੱਕਦੇ ਨੇ ਤਾਂ 1/4 ਦੇ ਦਿਉ, ਜੇ ਜ਼ਿਆਦਾ ਛੋਟੇ ਨੇ ਤਾਂ 6 ਦੇ ਦਿਉ। ਜਿੱਦਾਂ ਉੱਧਰ ਆਪਾਂ ਨੇ ਦਿਖਾਏ ਨੇ ਛੋਟੇ ਨੇ ਦੋਏ, ਉਹਨਾਂ ਨੂੰ ਮੰਨ ਲਓ 6/6 ਹਿੱਸਾ ਦੇਵਾਂਗੇ ਦੋ ਨੂੰ, ਠੀਕ ਹੈ ਜੀ। ਇਹ ਹੈਗੀ ਆ ਸਿਪਰੋਡੈਕ, ਸਿਪਰੋਡੈਕ 500 mg ਹੈ ਜੀ ਸਿਡਲਾ ਦੀ, ਸਿਪਲੋਕਸਿਨ ਟੈਬਲੇਟਸ 500 mg ਹੈ ਜੀ, ਠੀਕ ਹੈ ਜੀ। ਚਲੋ ਠੀਕ ਹੈ ਜੀ ਮੇਰੇ ਭਰਾ, ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਆ ਅਤੇ ਆਪਾਂ ਕਰਦੇ ਹਾਂ ਜੀ ਇੱਥੇ ਵੀਡੀਓ ਬੰਦ, ਅਤੇ ਜਿਹੜੇ ਮੇਰੇ ਭਰਾਵਾਂ ਨੇ ਕੋਈ ਹੋਰ ਜਾਣਕਾਰੀ ਲੈਣੀ ਆ ਉਹ ਜਾਣਕਾਰੀ ਲੈ ਸਕਦੇ ਹੋ, ਐਨੀ ਟਾਈਮ ਫੋਨ ਕਰ ਸਕਦੇ ਹੋ, ਕੋਈ ਚੱਕਰ ਨਹੀਂ ਮੇਰੇ ਭਰਾ। ਅਤੇ ਜਿਹੜੇ ਭਰਾਵਾਂ ਨੇ ਆਪਣਿਆਂ ਨੇ ਕਬੂਤਰਬਾਜ਼ੀ ਪੂਰੀ ਸਿੱਖਣੀ ਆ ਵੀ ਗੇਮ ਛੱਡਣ ਤੱਕ, ਕਬੂਤਰ ਨੂੰ ਬਾਜ਼ੀ ਤੱਕ, ਠੀਕ ਹੈ ਜੀ, ਉਹ ਆਪਣੇ ਚੈਨਲ ਨੂੰ ਜੁਆਇਨ ਕਰ ਲੈਣ, ਉਹਨਾਂ ਨੂੰ ਆਪਾਂ ਸਪੈਸ਼ਲ ਵੀਡੀਓ ਘਰੇ ਜੋ ਕਰ ਰਹੇ ਹਾਂ ਪਰਸਨਲੀ ਭੇਜਿਆ ਕਰਾਂਗੇ, ਠੀਕ ਹੈ ਜੀ, ਵੀ ਕਿੱਦਾਂ ਕਰਨਾ ਕਿੱਦਾਂ ਨਹੀਂ ਅਤੇ ਕਿੱਦਾਂ ਆਪਾਂ ਕਰ ਰਹੇ ਹਾਂ ਕਬੂਤਰਬਾਜ਼ੀ, ਠੀਕ ਹੈ ਜੀ। ਬਾਕੀ ਸਾਰੇ ਭਰਾਵਾਂ ਨੂੰ ਦਵਾਈਆਂ ਬਾਰੇ ਜਾਣਕਾਰੀ ਦੇਵਾਂਗੇ ਜੀ, ਅਤੇ ਤੁਹਾਨੂੰ ਰੋਜ਼ ਦਿਖਾਉਣੀ ਆਪਾਂ, ਅਤੇ ਜਿਹੜੀ ਚੀਜ਼ ਮੰਨ ਲਓ ਮੇਨ ਆ ਉਹ ਸਿਰਫ ਜਿਹੜੇ ਬੰਦੇ ਆਪਣੇ ਚੈਨਲ ਨੂੰ ਜੁਆਇਨ ਕਰਨਗੇ ਉਹਨਾਂ ਲਈ ਹੋਊਗਾ, ਠੀਕ ਹੈ ਜੀ। ਓਕੇ ਮੇਰੇ ਭਰਾ ਸਾਰੇ, ਧੰਨਵਾਦ ਆਪਣੇ ਚੈਨਲ ਆ ਜਿੰਨੇ ਵੀ ਭਰਾ ਜੁੜੇ ਹੋਏ ਨੇ।